ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਐਂਡ ਸ਼ਾਹਿਦ ਸ਼ਬੀਰ ਔਫੀਸ਼ੀਅਲ। ਮੈਂ ਕਹਾਂਗਾ ਕਿ ਫਿਰ ਇੱਕ ਵਾਰੀ ਆ ਗਿਆ ਮੈਂ ਮਹਾਰਾਣੀ ਜਿੰਦ ਕੌਰ ਦੀ ਹਵੇਲੀ ਦੇ ਬਾਹਰ, ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਿਆਰੀ ਵਾਈਫ, ਜਿਹਨੂੰ ਕਿ ਮਾਈ ਜਿੰਦਾ ਵੀ ਕਿਹਾ ਜਾਂਦਾ ਹੈ, ਔਰ ਬਹੁਤ ਖਾਲਸਾ ਰਾਜ ਵਾਸਤੇ ਬਹੁਤ ਫਾਈਟ ਐਂਡ ਤੱਕ ਕੀਤੀ ਹੈ। ਇਸ ਪਿੱਛੇ ਲੱਗੀ ਹੋਈ ਸਕਲਪਚਰ ਦੇ ਪਿੱਛੇ ਬਹੁਤ ਜ਼ਿਆਦਾ ਚਰਚਾ ਕੀਤੀ ਜਾ ਰਹੀ ਹੈ ਕਿ ਜੀ ਤੋੜ ਦਿੱਤਾ ਗਿਆ, ਭੰਨ ਦਿੱਤਾ ਗਿਆ, ਕਾਫੀ ਕੁਛ ਸਾਹਮਣੇ ਆ ਰਿਹਾ ਸੀ, ਅਤੇ ਮੈਨੂੰ ਮੈਨਸ਼ਨ ਕੀਤਾ ਜਾ ਰਿਹਾ ਵਰਲਡ ਵਾਈਡ ਕਿ ਵੀ ਤੁਸੀਂ ਜਵਾਬ ਦਿਓ ਕਿ ਵੀ ਕਿਉਂ ਇਹ ਸਾਰਾ ਕੁਛ ਹੋਇਆ। ਅਤੇ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ, ਅਸੀਂ ਪਹਿਲੀ ਵੀ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰ ਕਰ ਚੁੱਕੇ ਹਾਂ ਕਿ ਮਹਾਰਾਜਾ ਦੀ ਮੂਰਤੀ ਦੇ ਨਾਲ ਜਾਂ ਸਕਲਪਚਰ ਦੇ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਹੋਣੀ ਸੀ ਪਰ ਹੋਈ ਨਹੀਂ ਹੈ। ਉਹਨਾਂ ਮੁੰਡਿਆਂ ਨੂੰ ਫੜ ਲਿੱਤਾ ਗਿਆ, ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਇਨਵੈਸਟੀਗੇਸ਼ਨ ਜਾਰੀ ਹੈ, ਉਹਨਾਂ ਨੇ ਇਹ ਕਿਉਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਗਵਰਨਮੈਂਟ ਆਫੀਸ਼ਲਸ ਸੁੱਤੇ ਨਹੀਂ ਹੋਏ, ਸਾਰੇ ਜਾਗਦੇ ਨੇ, ਸਾਰੇ ਆਪਣੀ ਆਪਣੀ ਡਿਊਟੀ ਪੂਰੇ ਤਰੀਕੇ ਨਾਲ ਕਰ ਰਹੇ ਨੇ, ਔਰ ਜਦੋਂ ਅਸੀਂ ਸਿੱਖ ਹੈਰੀਟੇਜ ਦੀ ਜਾਂ ਸਿੱਖ ਕਲਚਰ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਪ੍ਰਜ਼ਰਵ ਕਰਨ ਦਾ ਅਗਰ ਦਾਅਵਾ ਕਰਦੇ ਹਾਂ ਤਾਂ ਉਹ ਪੂਰਾ ਵੀ ਹੁੰਦਾ ਹੈ। 27 ਜੁਲਾਈ ਨੂੰ ਅਸੀਂ ਤੁਹਾਨੂੰ ਇਹ ਰਿਪੋਰਟ ਲਾਈਵ ਆ ਕੇ ਸਾਰੀ ਇੱਥੇ ਦਿਖਾਈ ਸੀ, 27 ਜੂਨ ਨੂੰ ਸੋਰੀ, ਅਤੇ ਉਸ ਤੋਂ ਬਾਅਦ ਹੁਣ ਇਹਦੀ ਦੁਬਾਰਾ ਅਸੀਂ ਪਹੁੰਚੇ। ਤੁਹਾਡੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਜਾਓ ਲਾਹੌਰ ਫੋਰਟ ਦੇ ਅੰਦਰ ਔਰ ਜਾ ਕੇ ਸਾਨੂੰ ਉਹ ਦਿਖਾ ਕੇ ਆਓ ਕਿ ਵੀ ਵਾਕਈ ਉਹ ਗੱਲ ਗਲਤ ਹੈ ਜਾਂ ਠੀਕ ਹੈ, ਅਤੇ ਉਹ ਤੁਸੀਂ ਆਪਣੀਆਂ ਨਜ਼ਰਾਂ ਨਾਲ ਦੇਖ ਸਕਦੇ ਹੋ। ਪਹਿਲੇ ਵੀ ਤੁਹਾਨੂੰ ਦਿਖਾਇਆ, ਫਿਰ ਇੱਕ ਵਾਰੀ ਤੁਸੀਂ ਦੇਖ ਲਵੋ ਇਸ ਰਿਪੋਰਟ ਦੇ ਰਾਹੀਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ, ਬਲਕਿ ਲੈਕਰ ਵਗੈਰਾ ਪੇਂਟ ਵਗੈਰਾ ਕਰਕੇ ਉਹਨੂੰ ਹੋਰ ਖੂਬਸੂਰਤ ਬਣਾ ਦਿੱਤਾ ਗਿਆ। ਉਹਦੇ ਹੱਥ ਕਿਹਾ ਜਾ ਰਿਹਾ ਸੀ ਕਿ ਉਹਦੇ ਹੱਥ ਤੋੜ ਦਿੱਤੇ ਗਏ ਨੇ, ਦੇਖੋ ਤੁਸੀਂ ਹੱਥ ਬਿਲਕੁਲ ਉਹਦੇ ਕਲੀਅਰ ਨੇ, ਹੱਥ ਜਿਹੜੇ ਨੇ ਕਲੀਅਰ ਨੇ, ਪਰਲੇ ਪਾਸੇ ਕਮਾਨ ਵੀ ਫੜਿਆ ਹੋਇਆ, ਉਹ ਵੀ ਹੱਥ ਕਲੀਅਰ ਹੈ ਬਿਲਕੁਲ। ਠੀਕ ਹੈ ਜੀ, ਆਓ ਚੱਲਦੇ ਹਾਂ ਅਸੀਂ, ਜਿਹੜਾ ਕਿ ਇਹ ਦੇਖੋ ਤੁਸੀਂ ਪੂਰਾ ਪਲੇਟ ਵੀ ਲੱਗੀ ਹੋਈ ਹੈ ਅੰਦਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 1782 ਬੋਰਨ ਇਨ 1780 ਡਾਇਡ ਇਨ 1839। ਠੀਕ ਹੈ ਜੀ, ਉਸ ਤੋਂ ਬਾਅਦ ਪੂਰੀ ਹਿਸਟਰੀ ਵੀ ਲਿਖੀ ਹੈ। ਅਸੀਂ ਮਿਊਜ਼ੀਅਮ ਦੇ ਅੰਦਰ ਚੱਲਦੇ ਹਾਂ, ਤੁਹਾਨੂੰ ਉੱਥੇ ਜਾ ਕੇ ਅਤੇ ਫਿਰ ਅਸੀਂ ਸਾਰੀ ਜਿਹੜੀ ਹੈ ਡਿਟੇਲ ਹੈ ਇਸ ਚੀਜ਼ ਦੇ ਮੁਤਲਕ ਉਹ ਦੱਸਦੇ ਹਾਂ। ਠੀਕ ਹੈ ਜੀ, ਅਸੀਂ ਪਹੁੰਚ ਗਏ ਇਸ ਵੇਲੇ ਮਿਊਜ਼ੀਅਮ ਦੇ ਅੰਦਰ, ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਖਾਲਸਾ ਰਾਜ ਦੇ ਵਿੱਚ ਜਿਹੜੇ ਵੈਪਨਸ ਯੂਜ਼ ਹੁੰਦੇ ਸਨ, ਕਿਸ ਤਰੀਕੇ ਨਾਲ ਯੂਜ਼ ਹੁੰਦੇ ਸਨ, ਉਹ ਸਾਰੇ ਤੁਸੀਂ ਇਹ ਦੇਖੋ ਅੰਦਰ ਲੱਗੇ ਹੋਏ ਨੇ। ਇਹ ਸਾਰੇ ਜਿਹੜੇ ਨੇ ਗੋਲੀਆਂ ਕਿੱਦਾਂ ਬਣਦੀਆਂ ਸੀ, ਬੰਦੂਕਾਂ ਕਿਹੜੀਆਂ ਚੱਲਦੀਆਂ ਸਨ, ਉਹ ਸਾਰੇ ਉਹਨਾਂ ਦੀਆਂ ਡਾਈਆਂ ਔਰ ਗੋਲੀਆਂ ਕਿਸ ਤਰ੍ਹਾਂ ਬਣਦੀਆਂ ਸਨ, ਉਹ ਸਾਰਾ ਪੂਰਾ ਦਾ ਪੂਰਾ ਤੁਸੀਂ ਦੇਖ ਸਕਦੇ ਹੋ ਇਹਦੇ ਅੰਦਰ ਇਹ ਲੱਗਾ ਹੋਇਆ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਰਿਪੋਰਟ ਦੇਖ ਰਹੇ ਹੋ। ਸਪੈਸ਼ਲ ਰਿਪੋਰਟ ਹੈ, ਔਰ ਦੂਸਰੀ ਖਲੋਨਾ ਜਿਹੜੀ ਹੈ ਇਹ ਮਹਾਰਾਜਾ ਦਲੀਪ ਸਿੰਘ ਵਾਸਤੇ, ਮਹਾਰਾਜਾ ਰਣਜੀਤ ਸਿੰਘ ਨੇ ਨੂੰ ਗਿਫਟ ਹੋਈ ਸੀ ਇਹ ਜਿਹੜੀ ਤੋਪ ਹੈ, ਛੋਟੀ ਖਲੋਨਾ ਤੋਪ ਜਿਹੜੀ ਹੈ ਇਹ ਮਹਾਰਾਜਾ ਦਲੀਪ ਸਿੰਘ ਦੀ ਹੈ। ਫਿਰ ਉਸ ਤੋਂ ਬਾਅਦ ਇਹ ਜਿਹੜੀਆਂ ਨੇ ਅਰਲੀ ਬ੍ਰਿਟਿਸ਼ ਰਾਜ ਦੀਆਂ ਜਿਹੜੀਆਂ ਨੇ ਬੰਦੂਕਾਂ ਨੇ ਇਹ ਉਹ ਨੇ। ਫਿਰ ਉਸ ਤੋਂ ਬਾਅਦ ਜਿਹੜੀ ਤਲਵਾਰਾਂ ਜਿਹੜੀਆਂ ਯੂਜ਼ ਹੁੰਦੀਆਂ ਸਨ ਉਹ ਸਾਰੀਆਂ ਤਲਵਾਰਾਂ ਨੇ ਜਿਹੜੀਆਂ ਕਿ ਖਾਲਸਾ ਰਾਜ ਦੇ ਵਿੱਚ, ਖਾਲਸਾ ਪੀਰੀਅਡ ਦੇ ਵਿੱਚ ਯੂਜ਼ ਹੁੰਦੇ ਸੀ। ਫਿਰ ਉਸ ਤੋਂ ਬਾਅਦ ਬ੍ਰਿਟਿਸ਼ ਟਾਈਮ ਦੇ ਵਿੱਚ ਜਿਹੜੀ ਡਰਮਿੰਗ ਹੈ ਜਿਹੜੀ ਕਿ ਮਨਾਦੀ ਕੀਤੀ ਜਾਂਦੀ ਸੀ, ਜਾਂ ਜਿਸ ਤਰ੍ਹਾਂ ਕਿ ਕਹਿ ਲਵੋ ਤੁਸੀਂ ਕਿ ਬ੍ਰਿਟਿਸ਼ ਈਰਾ ਜਦੋਂ ਸ਼ੁਰੂ ਹੁੰਦਾ ਉਸ ਵੇਲੇ ਇਹ ਡਰਮਸ ਜਿਹੜੇ ਸਨ ਬੀਟ ਕੀਤੇ ਜਾਂਦੇ ਸਨ ਔਰ ਵਜਾ ਕੇ ਦੱਸਿਆ ਜਾਂਦਾ ਸਨ। ਪਿੱਛੇ ਤੁਸੀਂ ਦੇਖ ਲਓ ਕਲਾੜੀਆਂ, ਨੇਜ਼ੇ ਔਰ ਜਿਹੜੀਆਂ ਤਲਵਾਰਾਂ ਔਰ ਬੰਦੂਕਾਂ ਗੱਟੇ ਉਹ ਜਿਹੜੇ ਨੇ ਉਹ ਸਾਰੇ ਲੱਗੇ ਹੋਏ ਨੇ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਜੈਂਟ ਕੀਤੇ ਗਏ ਨੇ। ਔਰ ਇਸ ਤੋਂ ਇਲਾਵਾ ਵੀ ਰਿਕਾਰਡ ਦੇ ਵਿੱਚ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਐਸੀਆਂ ਮੌਜੂਦ ਨੇ ਜਿਹੜੀਆਂ ਕਿ ਸਾਹਮਣੇ ਡਿਸਪਲੇ 'ਤੇ ਨਹੀਂ ਹੈਗੀਆਂ। ਠੀਕ ਹੈ ਜੀ, ਅੱਗੇ ਆਓ ਤਾਂ ਅਸੀਂ ਤੁਹਾਨੂੰ ਦੁਨਾਲੀ ਦਿਖਾਉਂਦੇ ਹਾਂ, ਪੁਰਾਣੀਆਂ ਇੱਕ ਨਾਲੀ ਔਰ ਦੁਨਾਲੀ। ਇਹ ਦੇਖੋ ਤੁਸੀਂ ਦੁਨਾਲੀਆਂ ਪੁਰਾਣੀਆਂ, ਇਹ ਸਿੰਗਲ ਨਾਲੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਇਹ ਤਲਵਾਰਾਂ ਜਿਹੜੀਆਂ ਨੇ ਇਹ ਸਿੰਗਲ ਕੱਟ ਵਾਲੀਆਂ, ਡਬਲ ਕੱਟ ਵਾਲੀਆਂ, ਬੋ ਵਾਲੀਆਂ, ਸਿੱਧੀਆਂ 90 ਐਂਗਲ ਵਾਲੀਆਂ। ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਸਾਰੇ ਤੀਰ ਅਤੇ ਕਮਾਨ, ਘੱਟੋ ਘੱਟ ਇੱਥੇ ਜਿਹੜੇ ਲੱਗੇ ਹੋਏ ਨੇ 3, 3, 6, 3, 9, 12 ਕਮਾਨ ਨੇ। ਫਿਰ ਇੱਕ ਉਹਨਾਂ ਦੀ ਢਾਲ ਹੈ ਔਰ ਉਹਦੇ ਵਿੱਚ ਘੱਟੋ ਘੱਟ ਕੋਈ ਜਿਹੜਾ 50 ਤੋਂ ਉੱਤੇ ਜਿਹੜਾ ਤੀਰ ਹੈ ਉਹਨੂੰ ਡਿਸਪਲੇ ਕੀਤਾ ਗਿਆ, 50 ਤੋਂ 60 ਤੀਰ ਜਿਹੜੇ ਨੇ। ਫਿਰ ਗੱਟੇ ਤੋਂ ਦਿਖਾਉਂਦੇ ਹਾਂ ਅਸੀਂ, ਜਿਹੜੇ ਗੱਟਿਆਂ ਦੀ ਗੱਲ ਕਰ ਰਹੇ ਸੀ, ਦੇਖੋ ਤੁਸੀਂ ਇਹ ਜਿਹੜੀਆਂ ਬੰਦੂਕਾਂ ਜਿਹੜੀਆਂ ਫਟ ਜਾਂਦੀਆਂ ਸੀ ਜਦੋਂ, ਜਿਨ੍ਹਾਂ 'ਚ ਬਰੂਦ ਭਰ ਕੇ ਚਲਾਏ ਜਾਂਦੇ ਸਨ, ਇਹ ਉਹ ਗੱਟੇ ਨੇ ਉਹਨਾਂ ਦੇ ਵਿੱਚੋਂ, ਉਹ ਬੰਦੂਕਾਂ ਨੇ ਜਿਹਦੇ ਜਿਹੜੀਆਂ ਹੈਂਡਮੇਡ ਜਿਹੜੀਆਂ ਹੁੰਦੀਆਂ ਸਨ ਉਸ ਵੇਲੇ ਬਣੀਆਂ ਹੋਈਆਂ। ਫਿਰ ਉਸ ਤੋਂ ਬਾਅਦ ਆਹ ਗੱਟੇ ਨੇ, ਇਹਨਾਂ ਨੂੰ ਤਮਾਚੇ ਕਿਹਾ ਜਾਂਦਾ, 1799 ਤੋਂ ਲੈ ਕੇ
ਇਹ ਪਿਓਰਲੀ ਖਾਲਸਾ ਰਾਜ ਦੀਆਂ ਬੰਦੂਕਾਂ ਨੇ, ਘੱਟੋ ਘੱਟ ਮੇਰਾ ਖਿਆਲ 2, 4, 6, 8, 10, 12, 14, 16 ਮੈਨੂੰ ਸਮਝ ਆਉਂਦੀ ਹੈ ਕਿ ਵਰਲਡਵਾਈਡ ਜਿਹੜੇ ਮਿਊਜ਼ੀਅਮ ਦੇ ਵਿੱਚ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ, ਪਾਕਿਸਤਾਨ ਕੋਲ ਢੇਰਾਂ ਢੇਰ ਇੱਥੇ ਪਏ ਹੋਏ ਨੇ, ਕਦੀ ਨਹੀਂ ਕਿਹਾ ਕਿ ਸਾਡੇ ਕੋਲ 1 ਹੈ, 2 ਹੈ, 4 ਹੈ, 50 ਨੇ, 60 ਨੇ, ਸਾਡੇ ਕੋਲ 100 ਦੀ ਤਾਦਾਦ 'ਚ ਚੀਜ਼ਾਂ ਪਈਆਂ ਹੋਈਆਂ ਨੇ। ਇਹਦੇ ਵਿੱਚ ਵੀ ਛੋਟੇ ਜਿਹੜੇ ਗੱਟੇ ਨੇ ਤੁਸੀਂ ਦੇਖ ਸਕਦੇ ਹੋ, ਇਹਦੇ 'ਚ ਵੀ ਸਿੰਗਲ ਨਾਲੀ ਅਤੇ ਦੁਨਾਲੀ ਜਿਹੜੀਆਂ ਨੇ ਉਹ ਦੋਵੇਂ ਮੌਜੂਦ ਨੇ, ਆ ਤੁਸੀਂ ਦੇਖ ਸਕਦੇ ਹੋ, ਆਹ ਦੇਖ ਲਓ ਆਹ ਦੁਨਾਲੀਆਂ ਨੇ। ਅੱਗੇ ਚੱਲਦੇ ਹਾਂ ਜੀ, ਇਹ ਉਸ ਤੋਂ ਬਾਅਦ ਤੁਸੀਂ ਆਹ ਦੇਖੋ ਕਿ ਆਹ ਜਿਹੜੀਆਂ ਜ਼ੰਬੀਨਾਂ ਨੇ, ਜਿਹੜੀਆਂ ਕਿ ਐਰੋ ਹੈਡਸ ਜਿਹੜੇ ਨੇ ਬੰਦੂਕਾਂ ਦੇ ਅੱਗੇ ਜਿਹੜੇ ਲਾਏ ਜਾਂਦੇ ਸੀ, ਨੀਜੇ ਚੁਭੇ ਜਾਂਦੇ ਸੀ, ਯਾਨੀ ਕਿ ਅਗਰ ਕੋਈ ਬੰਦਾ ਸਾਹਮਣੇ ਆ ਗਿਆ ਤਾਂ ਉਹਨੂੰ ਪਹਿਲੇ ਢਿੱਡ 'ਚ ਮਾਰਨੀ ਆ, ਅਤੇ ਉਹ ਵਾਲੀ ਜਿਹੜੀ ਚੀਜ਼ ਹੈ। ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿੱਡਾ ਵੱਡਾ ਐਰੋ ਤੀਰ ਹੈ, ਜਿਹੜਾ ਕਿ ਬਹੁਤ ਵੱਡਾ ਤੀਰ ਹੈ, ਜਿਹੜਾ ਕਿ ਦੂਰੋਂ ਸੁੱਟ ਕੇ ਮਾਰਿਆ ਜਾਂਦਾ ਸੀ ਨੇਜ਼ਾ। ਆਓ ਚੱਲਦੇ ਹਾਂ ਅੰਦਰ, ਇੱਥੇ ਕੁਛ ਤੁਹਾਨੂੰ ਪੇਂਟਿੰਗਸ ਨਜ਼ਰ ਆਉਣਗੀਆਂ ਜਿਹੜੀਆਂ ਕਿ ਖਾਸ ਕਰਕੇ ਕਹਿ ਲਵੋ ਚਿਲਿਆਂ ਵਾਲਾ, ਹਾਂਜੀ ਬੈਟਲ ਆਫ ਚਿਲਿਆਂ ਵਾਲਾ ਦੀ ਜਿਹੜੀ ਹੈ ਉਹ ਯਾਦਗਾਰ ਲੱਗੀ ਹੋਈ ਹੈ। ਇਹ ਪਿਕਚਰ ਬੈਟਲ ਆਫ ਚਿਲਿਆਂ ਵਾਲਾ ਦੀ ਹੈ। ਇੱਧਰ ਜਿਹੜੀ ਹੈ ਬੈਟਲ ਆਫ ਮੁਲਤਾਨ ਹੈ ਜੀ, ਇਹ ਬੈਟਲ ਆਫ ਮੁਲਤਾਨ ਦੀ ਵੀਡੀਓ ਹੈ, ਸੋਰੀ ਪਿਕਚਰ ਹੈ। ਫਿਰ ਉਸ ਤੋਂ ਬਾਅਦ ਅੱਗੇ ਆ ਜਾਓ, ਇਹ ਬੈਟਲ ਆਫ ਮੁੜਕੀ, ਇਹ ਇੰਡੀਆ ਵਿੱਚ ਹੈ, ਪੰਜਾਬ ਦੇ ਵਿੱਚ ਬੈਟਲ ਆਫ ਮੁੜਕੀ। ਫਿਰ ਉਸ ਤੋਂ ਬਾਅਦ ਇੱਧਰ ਆ ਗਿਆ ਜੀ ਦੀ ਸਿੱਖ ਬੈਟਲ ਆਲੀਵਾਲ, ਜਨਵਰੀ ਦੇ ਵਿੱਚ ਆਲੀਵਾਲ ਦੇ ਵਿੱਚ ਜਿਹੜੀ ਹੋਈ ਹੈ ਬੈਟਲ, ਇਹ ਉਹਦੀ ਪਿਕਚਰ ਹੈ ਜੀ, ਇਹ ਤੁਸੀਂ ਦੇਖ ਸਕਦੇ ਹੋ। ਅੱਗੇ ਆਓ ਜੀ, ਜੀ ਸਾਡੇ ਕੋਲ ਟਾਈਮ ਥੋੜ੍ਹਾ ਹੈ, ਕਵਰੇਜ ਜ਼ਿਆਦਾ ਹੈ। ਇੱਧਰ ਜੀ ਕਹਿ ਲਵੋ ਤੁਸੀਂ ਕਿ ਸਿੱਖ ਬੈਟਲ ਵਿਦ ਆ ਫਿਰੋਜ਼ ਸ਼ਾਹ, ਫਿਰੋਜ਼ ਸ਼ਾਹ ਦੇ ਨਾਲ ਦੂਸਰੇ ਦਿਨ ਦੀ ਜਿਹੜੀ ਹੈ 1845 ਦੇ ਵਿੱਚ ਖਾਲਸਾ ਰਾਜ ਖਤਮ ਤੋਂ ਹੋਣ ਤੋਂ ਵੀ ਪਹਿਲੇ ਦੀ ਜਿਹੜੀ ਬੈਟਲ ਹੈ ਉਹ ਵਾਲੀ ਬੈਟਲ ਹੈ। ਫਿਰ ਉਸ ਤੋਂ ਬਾਅਦ ਇਹ ਰਾਮਪੁਰ, ਇਹ ਜੀ ਬੈਟਲ ਦੀ ਸਿੱਖ ਬਿਲਕੁਲ ਜੀ 1848 ਦੇ ਵਿੱਚ, ਥੋੜ੍ਹੇ ਦਿਨ ਪਹਿਲੇ ਹੀ ਇਹਦੀ ਮੈਂ ਤਸਵੀਰ ਲਾਈ ਹੈ, ਦੁਬਾਰਾ ਵੀਡੀਓ ਚੜ੍ਹਾਈ ਹੈ ਆਪਣੇ ਯੂਟਿਊਬ ਚੈਨਲ ਦੇ ਉੱਤੇ। ਫਿਰ ਉਸ ਤੋਂ ਬਾਅਦ ਫਿਰੋਜ਼ ਸ਼ਾਹ ਦੀ ਜਿਹੜੀ ਜੰਗ ਹੈ, ਉਹਨਾਂ ਦੇ ਕੈਂਪ ਨੇ ਉਹਦੇ ਮੁਤਲਕ ਹੈ। ਫਿਰ ਉਸ ਤੋਂ ਬਾਅਦ ਫਿਰੋਜ਼ ਸ਼ਾਹ ਦੀ ਜਿਹੜੀ ਹੈ 1845 ਦੇ ਵਿੱਚ ਉਹ ਦਿਖਾਈ ਜਾ ਰਹੀ ਹੈ ਜੰਗ ਦੇ ਮੁਤਲਕ। ਫਿਰ ਇਹਦਾ ਤੁਸੀਂ ਦੇਖੋ 1849 ਦੇ ਵਿੱਚ ਇਹ ਜਿਹੜੀ ਹੈ ਦੀ ਬੈਟਲ ਆਫ ਗੁਜਰਾਤ, ਬੈਟਲ ਆਫ ਗੁਜਰਾਤ ਦਾ ਵੀ ਅਸੀਂ ਮੋਨੂਮੈਂਟ ਤੁਹਾਨੂੰ ਦਿਖਾਇਆ ਵਾ, ਉੱਤੇ ਤੁਸੀਂ ਤਸਵੀਰ ਅਗਰ ਦੇਖੋ ਤਾਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਵੱਡੀ ਫੋਟੋ ਲੱਗੀ ਹੋਈ ਹੈ, ਜਿਹੜਾ ਕਿ ਇੱਕ ਖੂਬਸੂਰਤ ਤਰੀਨ ਜਿਹੜਾ ਆਰਟ ਹੈ ਉਹਦੇ ਵਿੱਚ ਹੈ। ਫਿਰ ਇਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਘੋੜਾ ਹੈ ਉਹਨੂੰ ਰੱਖਿਆ ਗਿਆ, ਪ੍ਰਜ਼ਰਵ ਕੀਤਾ ਗਿਆ, ਔਰ ਨਾਲ ਦੀ ਨਾਲ ਹੀ ਮਹਾਰਾਜਾ ਦਾ ਜਿਹੜਾ ਸਮਾਨ ਸੀਗਾ ਸਾਰਾ, ਗੱਟੇ ਬੰਦੂਕਾਂ ਐਰੋਜ਼ ਵਗੈਰਾ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਜਿਹੜੀਆਂ ਨੇ ਦੇਖੋ ਤੁਸੀਂ ਪ੍ਰਜ਼ਰਵ ਕੀਤੀਆਂ ਗਈਆਂ ਨੇ ਇੱਥੇ। ਨਾਲ ਦੀ ਨਾਲ ਇਹ ਓਰਿਜਿਨਲ ਕੱਪੜਾ ਹੈ ਜਿਹੜਾ ਕਿ ਰੱਖਿਆ ਗਿਆ, ਇਹ ਵੀ ਉਸੇ ਦੌਰ ਦਾ। ਫਿਰ ਉਸ ਤੋਂ ਬਾਅਦ ਜਿਹੜੀਆਂ 8 ਫੁੱਟ ਤੋਂ ਲੈ ਕੇ 12 ਫੁੱਟ ਵਾਲੀਆਂ ਜਿਹੜੀਆਂ ਬੰਦੂਕਾਂ ਹੁੰਦੀਆਂ ਸਨ ਉਹ ਵੀ ਇੱਥੇ ਮੌਜੂਦ ਨੇ, 6 ਤੋਂ ਲੈ ਕੇ 8 ਫੁੱਟ ਤੱਕ ਜਿਹੜੀਆਂ ਸਨ, ਜਿਹੜੀਆਂ ਕਿ ਵਾਲ ਆਫ ਲਾਹੌਰ ਫੋਰਟ ਦੀ ਮੈਂ ਤੁਹਾਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਕਿ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਕੇਅਰ ਕੀਤੀ ਜਾਂਦੀ ਸੀ ਨੌਰਥ ਵਾਲ ਦੀ, ਉਹ ਕਿੰਨੀ ਕਿੰਨੀ ਮੋਟੀ 6 ਫੁੱਟ ਮੋਟੀ ਦੀਵਾਰ ਦੇ ਅੰਦਰੋਂ ਕਿਹੜੀਆਂ ਨਾਲੀਆਂ ਲੰਘਦੀਆਂ ਸੀ, ਉਹ ਐਲੀਆਂ ਦੁਨਾਲੀਆਂ ਸਨ, ਸਿੰਗਲ ਨਾਲੀ ਉਹ ਦੁਨਾਲੀ ਜਿਹਨਾਂ ਨੂੰ ਕਿਹਾ ਜਾਂਦਾ। ਅੱਗੇ ਚੱਲਦੇ ਹਾਂ, ਅੱਗੇ ਚੱਲ ਕੇ ਤੁਹਾਨੂੰ ਅਸੀਂ ਦੱਸਦੇ ਹਾਂ ਥੋੜ੍ਹਾ ਜਿੰਨਾ ਕਹਿ ਲਵੋ ਕਿ ਮਾਈਨਸ, ਉਸ ਵੇਲੇ ਮਾਈਨਸ ਕਿੱਦਾਂ ਯੂਜ਼ ਕੀਤੀਆਂ ਜਾਂਦੀਆਂ ਸੀ, ਇਹ ਹਾਥੀ ਔਰ ਘੋੜਿਆਂ ਦੇ ਪੈਰਾਂ ਦੇ ਵਿੱਚ ਫਸ ਜਾਣ ਔਰ ਉਸ ਤੋਂ ਬਾਅਦ ਬਦਰ ਹੋ ਜਾਣ, ਯਾਨੀ ਕਿ ਘੋੜੇ ਵੀ ਡਿੱਗ ਪੈਂਦੇ ਸਨ ਔਰ ਹਾਥੀ ਜਿਹੜੇ ਸਨ। ਤੁਸੀਂ ਦੇਖੋ ਸਟਿਲ ਇਹੀ ਮਾਈਨਸ ਜਿਹੜੀਆਂ ਵਰਲਡ ਦੇ ਵਿੱਚ ਅੱਜ ਵੀ ਚੱਲ ਰਹੀਆਂ ਨੇ, ਜਿਹੜੀਆਂ ਕਿ ਖਾਲਸਾ ਪੀਰੀਅਡ ਦੇ ਵਿੱਚ ਵੀ ਚੱਲ ਰਹੀਆਂ ਸਨ। ਇਹ ਕਿੱਲਾਂ ਵਗੈਰਾ ਅੱਜ ਵੀ ਜਿਹੜੀਆਂ ਨੇ ਟਾਇਰਾਂ ਨੂੰ ਪੈਂਚਰ ਕਰਨ ਵਾਸਤੇ ਜਾਂ ਕਿ ਕੋਈ ਵੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਸੁੱਟਿਆ ਜਾਂਦਾ। ਫਿਰ ਉਸ ਤੋਂ ਬਾਅਦ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਸਟਿਲ ਆਪਣੀ ਓਰਿਜਿਨਲ ਹਾਲਤ ਦੇ ਵਿੱਚ ਨੇ, ਡੇ 1 ਤੋਂ ਲੈ ਕੇ ਅੱਜ ਤੱਕ ਜਿਹੜੀਆਂ ਨੇ ਉਸੇ ਤਰ੍ਹਾਂ ਹੀ ਪ੍ਰਿਜ਼ਰਵ ਕੀਤੀਆਂ ਗਈਆਂ ਨੇ। ਇਹ ਉਹੀ ਸਵਾਰਡਸ ਵਗੈਰਾ ਜਿਹੜੀਆਂ ਨੇ। ਫਿਰ ਉੱਥੋਂ ਕੁਛ ਪੇਂਟਿੰਗਸ ਨੇ ਜਿਹੜੀਆਂ ਕਿ ਬਹੁਤ ਹੀ ਵਧੀਆ ਕਿਸਮ ਦੀਆਂ ਪੇਂਟਿੰਗਸ ਨੇ, ਮਹਾਰਾਣੀ ਜਿੰਦ ਕੌਰ ਦੇ ਹੱਥ ਜਿਹੜੇ ਨੇ ਉਹਨਾਂ ਨੂੰ ਪ੍ਰਿਜ਼ਰਵ ਕੀਤਾ ਗਿਆ ਜੀ। ਨੇੜੇ ਆ ਕੇ ਹੱਥ ਦਿਖਾਓ ਜੀ, ਇਹ ਖੂਬਸੂਰਤ ਹੱਥ ਜਿਹੜੇ ਨੇ ਮਹਾਰਾਣੀ ਜਿੰਦ ਕੌਰ ਦੇ ਨੇ, ਮਾਈ ਜਿੰਦਾਂ ਦੇ ਹੱਥ ਜਿਹੜੇ ਨੇ ਉਹਨਾਂ ਨੂੰ ਪ੍ਰਿਜ਼ਰਵ ਕੀਤਾ ਹੋਇਆ। ਫਿਰ ਉਸ ਤੋਂ ਬਾਅਦ ਅੱਗੇ ਤੁਸੀਂ ਅੱਗੇ ਚੱਲਦੇ ਹੋ ਅਤੇ ਇਹ ਰਾਜਾ ਗੁਲਾਬ ਸਿੰਘ ਹੈ ਜੀ, ਕਸ਼ਮੀਰ ਦਾ ਪਹਿਲਾ ਰਾਜਾ ਜੀ, ਇਹਨਾਂ ਨੇ ਜਿਨ੍ਹਾਂ ਨੇ ਸਾਰੀ ਜਿਨ੍ਹਾਂ ਦੀ ਕੀਤੀ ਹੋਈ ਅੱਜ ਇੰਡੀਆ ਔਰ ਪਾਕਿਸਤਾਨ ਭੁਗਤ ਰਿਹਾ, ਇਹ ਉਹ ਗੱਦਾਰ ਲੋਕ ਨੇ, ਇਹ ਉਹ ਨੇ ਜਿਨ੍ਹਾਂ ਨੇ ਕਸ਼ਮੀਰ ਦਾ ਸੌਦਾ ਕੀਤਾ ਸੀ, ਠੀਕ ਹੈ ਜੀ। ਇਹ ਰਾਜਾ ਹੀਰਾ ਸਿੰਘ ਹੈ ਜੀ, ਰਾਜਾ ਇਹ ਸਮਝ ਲਓ ਕਿ ਗੱਦਾਰ ਫੈਮਿਲੀ,
राजा हीरा सिंह राजा ध्यान सिंह डोगरा का बेटा जो अपने बाप के हाथों कतल हुआ जिन्हों ने बाप बेटियां नू कतल किया इस तरह हम महाराजा शेर सिंह और उन्होंने बेटे ने भी यही फैमिली ने कतल करवाया सी ते इस तरह ही इहदे पुत्र इहदा पुत्र अपने प्यो दे हत्थों ही मारिया गया फिर उस तो बाद तुसी ये फ्रेडरिक दिलीप सिंह कहिंदे आ लोग कहिंदे सी कि तुसी दसो जी महाराजा दिलीप सिंह दे बेटे दे मतलब ते आ फ्रेडरिक दिलीप दी पिक्चर है फिर उस तो बाद अभी तुसी देख लो कि ये फ्रेडरिक दिलीप की जी बचपन की फोटो है फिर उस तो बाद बहुत ही वधिया किस्म दियां हाथी दांद के उत्ते आइवरी के उत्ते बनिया हुई पेंटिंग्स ने जिहदे विच तुसी कह लो कि गुलाब सिंह है रमरीक सिंह है जी सल सिंह है ध्यान सिंह है जी फिर उस तो बाद तेजा सिंह है जी फिर उस तो बाद अखड़ सिंह है जी और उस तो बाद फिर अगे हीरा अपना शेर सिंह है जी फिर उस तो बाद दीवान सिंह है जी फिर उस तो बाद लिखा हमारी महाराणी जिंदा लिखा हुआ है फिर शेर सिंह अटारी वाला लिखा है महाराजा रणजीत सिंह है जी फिर उस तो बाद दोस्त मुहम्मद है नवाब दोस्त मुहम्मद फिर उस तो बाद जी कुंवर नौनेहाल सिंह है चचा सिंह है फिर दिलीप सिंह है फिर उस तो बाद रमर सिंह है फिर उस तो बाद चटर सिंह है जी फिर उस तो बाद हीरा सिंह है दोबारा और शाम सिंह फिर ये अटारी वाला है जी बिल्कुल जी उस तो बाद दीनानाथ है दीवान दीनानाथ है और शालीमार गार्डन की पिक्चर है और नाल दी नाल ही ताजमहल की पिक्चर है तुसी ये देख सकते हो ऐ जरा क्लोज करके दिखाओ ये आइवरी दे कीतियां हुई पेंटिंग्स ने कहिंदे है जी कि दुनिया दे च बहुत ज़्यादा सारिया चीज़ा फलानी फलानी जगह पर पईयां हुईयां लेकिन यह ओरिजिनल हैंड स्कैच है महाराजा दिलीप सिंह दे बचपन का यह दूसरा जड़ा है कुंवर प्रताप सिंह जड़ा है वो जड़ा हैंड स्कैच है वह पिया होया फिर उस तो बाद एक हैंड स्कैच है जी बहुत ही प्यारा रेयर कह लो तुसी के कलर दे विच कहने ब्राउन कलर दे विच कीता होया महाराजा रणजीत सिंह अपनी घोड़ी इस पे लैला दे उत्ते चढ़िया होया और दुनिया की सब तो नायाब तस्वीर जिहड़ी है महाराजा दिलीप सिंह दी 1849 दे विच जो एग्जाइल हुंदा लाहौर दरबार खत्म हुंदा खालसा पंथ का इख्तिताम हुंदा उस वेले ये पेंटिंग जिहड़ी है सब तो खूबसूरत पेंटिंग मनी गई है महाराजा रणजीत सिंह दे जिहड़े सब तो छोटे साहबजादे जिन्हों के महाराजा दिलीप सिंह कहा जाता सी ही इज़ द लास्ट प्रिंस ऑफ द लाहौर ये लाहौर का आखिरी शहजादा सी इट्स ऑलसो महाराजा रणजीत सिंह विद अपनी प्यारी घोड़ी जिन्हों के लैली कहा जाता है इस पे लैला ये इस पे लैला जिहड़ी है घोड़ी है फिर उस तो बाद उस वेले दा लाहौर का अगर आप तुसी देखो तो पूरा का पूरा मैप है कि लाहौर शहर की उस वेले डेमोग्राफी की सी बायोग्राफी की सी किन्ने हिस्सों के विच लाहौर की बाहरों तुसी आउटलुक रावी के किनारे तो किदां तुसी देख सकते सी मैं हाँ तुहाडा अपना होस्ट शाहिद शबीर बाबा जी तुसी देख रहे हो रेडियो साढ़े वाला शाहिद शबीर ऑफिशियल और नाल दी नाल ही मैं तुहानूं दसांगा कि ऑल वीडियो राइट्स आर रिजर्व बाय शाहिद शबीर ऑफिशियल नो वन हैव टू राइट टू डाउनलोड or share with their own name if you want to share then you should be used to my real link of my page of a YouTube or a Facebook page so if anyone do it a violation then I will be take a legal action assi agge chalde ha eh sare log tusi dekh rahe ho jithe ke kiya janda hai ke pakistan de vich khalsa history de bare de vich charcha nahi hundi eh sare log tusi dekh lo eh khalsa history dekhan waste itthe aaye ne इतिहास नूं देखण वास्ते आए ने कि पाकिस्तान बनन तो पहले दा इत्थे इतिहास की सी इत्थे लोग किहड़े सन किन्ना दा राज सी ए ओ लोग ने जिहड़े लोग इन्हां चीज़ां नूं देखण वास्ते आए ने और असी आपां इन्हां दे विच गल भी करांगे उन्हां लोकां कोलों कि भी बंदा तारीख दे हवाले नाल अगर गल कीती जावे कि किद्दां दा फीलिंग आउंदी है जदों तुसी अपनी तारीख नूं देखदे हो या तारीख नूं जदों जाणदे हो तो उस तो बाद बच्चों की फीलिंग आती है कि जिथे कहा जाता कि पाकिस्तान के खालसा हिस्टरी पढ़ाया नहीं जाता ना लोगों को दसया जाता ना संबंधित कहानियां जड़िया ने वह सुनाई जा ना दसया जाता असलाम वालेकुम जी कितों तशरीफ लिया भाई जान जलालपुर पीर वाले जी जलालपुर पीर वाले लहलपुर जलालपुर पीर जलालपुर पीर वाला किस जगह दे अच्छा जी साउथ पंजाब वाले हाँ ते ऐ तुसी म्यूजियम देखने लिए आए हो हाँ जी तो तुहानू अच्छा लगा बहुत अच्छा लगा तुसी नाल नाल पढ़ रहे हो हाँ जी की नाम तुहाडा मोहम्मद शरीफ ते देखिया म्यूजियम तुसी हाँ देखे पिया देख रहे हो कैसा लगा बहुत देखो जी जिहड़ी गल हुंदी है हिस्टरी दे पॉइंट ऑफ व्यू नाल देखो तुहाडे सामने अनकटेड वीडियो है मेरी कोई वीडियो एडिट होके नहीं आती है ये वो लोग ने जिहड़े साउथ पंजाब तो सिख गैलरी देखने वास्ते आए हैं और यही नहीं इस तो इलावा बहुत ज़्यादा सारे लोग साढ़े जड़े ने म्यूजियम दे विच आंदे ने और वो देखते हैं और इन्हां चीज़ों नूं हाईलाइट भी बादों करते हैं जाके बच्चों नूं भी जाके दसते हैं लेकिन क्योंकि हिस्टरी जिहड़ी है अनफोल्डेड पन्ने ने उन्हां नूं खोलन वास्ते असलाम वालेकुम जी
ਕਿਆ ਨਾਮ ਹੈ ਜੀ ਆਪਣਾ ਮੁਹੰਮਦ ਖੁਰਸ਼ੀਦ ਮੁਹੰਮਦ ਖੁਰਸ਼ੀਦ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਜਲਾਲਪੁਰ ਪੀਰ ਵਾਲਾ ਸਰ ਜਲਾਲਪੁਰ ਪੀਰ ਵਾਲਾ ਕਿਹੜੀ ਡਿਸਟ੍ਰਿਕਟ 'ਚ ਪੈਂਦਾ ਜ਼ਿਲ੍ਹਾ ਮੁਲਤਾਨ ਕੇ ਕਰੀਬ ਜ਼ਿਲ੍ਹਾ ਮੁਲਤਾਨ ਦੇ ਵਿੱਚ ਤੁਸੀਂ ਇੱਥੇ ਇੱਕ ਪੇਂਟਿੰਗ ਦੇਖੀ ਹੈ ਮੁਲਤਾਨ ਦੀ ਲੱਗੀ ਹੋਈ ਬੈਟਲ ਆਫ ਮੁਲਤਾਨ ਦੀ ਜਿਹੜੀ ਜੰਗ ਹੋਈ ਸੀ ਜੀ ਹਾਂ ਤਾਂ ਤੁਸੀਂ ਸਾਰਾ ਵੇਖਿਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਮਿਊਜ਼ੀਅਮ ਮਾਸ਼ਾਅੱਲਾ ਬੜਾ ਖੂਬਸੂਰਤ ਲੱਗਾ ਅਤੇ ਕਦੀ ਇਹ ਚੀਜ਼ ਫੀਲ ਹੁੰਦੀ ਹੈ ਕਿ ਵੀ ਇਹ ਕਿਸੇ ਹੋਰ ਦੀ ਇਸ ਲਈ ਅਸੀਂ ਕਿਉਂ ਦੇਖੀਏ ਨਹੀਂ ਬੜਾ ਅੱਛਾ ਲੱਗ ਰਿਹਾ ਪਹੁੰਚੇ ਨੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਫਿਰ ਇੱਕ ਵਾਰੀ ਮੈਂ ਡਿਸਕਲੇਮਰ ਤੁਹਾਨੂੰ ਮੈਂ ਕਰਦਾ ਜਾਵਾਂ ਵਾਰਨਿੰਗ ਦਿੰਦਾ ਜਾਵਾਂ ਕਿ ਨੋ ਵਨ ਹੈਵ ਟੂ ਰਾਈਟ ਟੂ ਸ਼ੇਅਰ ਦਿਸ ਵੀਡੀਓ ਵਿਦਆਊਟ ਆਫ ਮਾਈ ਪਰਮਿਸ਼ਨ ਔਰ ਰੇਡੀਓ ਸੜਿਆਲਾ ਆਲ ਰਾਈਟਸ ਆਰ ਰਿਜ਼ਰਵ ਬਾਈ ਸ਼ਾਹਿਦ ਸ਼ਬੀਰ ਆਫਿਸ਼ੀਅਲ ਐਂਡ ਰੇਡੀਓ ਸੜਿਆਲਾ ਹਾਂਜੀ ਜੀ ਇਹ ਆ ਜਾਓ ਜੀ ਅੱਗੇ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਛੁਰੇ ਉਸ ਦੌਰ ਦੇ ਵਿੱਚ ਜਿਹੜੇ ਛੁਰੇ ਚੱਲਦੇ ਸਨ ਕਮਾਲ ਹੋ ਗਈ ਹੈ ਜੀ ਇੰਨੀ ਵੱਡੀ ਕਲੈਕਸ਼ਨ ਸ਼ਾਇਦ ਹੀ ਦੁਨੀਆ ਦੇ ਵਿੱਚ ਕਿਸੇ ਕੋਲ ਉਹਨਾਂ ਛੁਰਿਆਂ ਦੇ ਬਾਰੇ 'ਚ ਹੋਏਗੀ ਜਿਹੜੀ ਕਿ ਇਸ ਵੇਲੇ ਤੁਹਾਨੂੰ ਲਾਹੌਰ ਫੋਰਟ ਦੇ ਅੰਦਰ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਤਮਾਮ ਦੇ ਤਮਾਮ ਜਿਹੜੇ ਨੇ ਖਾਲਸਾ ਪੰਥ ਦੇ ਨਾਲ ਸੰਬੰਧਿਤ ਨੇ ਔਰ ਇਹਨਾਂ ਦੀ ਡੇਟ ਤੱਕ ਮੈਨਸ਼ਨ ਕੀਤੀ ਹੋਈ ਹੈ ਜੀ ਇਹਨਾਂ ਦੀ ਡੇਟ ਜਿਹੜੀ ਮੈਨਸ਼ਨ ਕੀਤੀ ਹੋਈ ਹੈ 1799 ਤੋਂ ਲੈ ਕੇ 1846 ਤੱਕ ਯਾਨੀ ਕਿ ਖਾਲਸਾ ਰਾਜ ਖਤਮ ਹੋਣ ਤੋਂ 2 ਸਾਲ ਪਹਿਲੇ ਤੱਕ ਦੀ ਜਿਹੜੀ ਹਿਸਟਰੀ ਹੈ ਇਹ ਸਾਰੀ ਬੋਲਦੀ ਹੈ ਇਸ ਦੇ ਬਦਲੇ ਔਰ ਇਹ ਤੁਸੀਂ ਦੇਖੋ ਆਹ ਜਿਹੜੀਆਂ ਤਲਵਾਰਾਂ ਨੇ ਬੇਤਹਾਸ਼ਾ ਇਹਨੂੰ ਕਹਿੰਦੇ ਨੇ ਜੀ ਇਹ ਯੂਰਪੀ ਤਲਵਾਰਾਂ ਵੀ ਨੇ ਔਰ ਲੋਕਲ ਪੰਜਾਬ ਦੀਆਂ ਵੀ ਤਲਵਾਰਾਂ ਨੇ ਜਿਹੜੀਆਂ ਕਿ 1799 ਤੋਂ ਲੈ ਕੇ ਅਤੇ 1846 ਤੱਕ ਯਾਨੀ ਕਿ ਖਾਲਸਾ ਰਾਜ ਖਤਮ ਹੋਣ ਤੋਂ 2 ਸਾਲ ਪਹਿਲੇ ਤੱਕ ਵੀ ਜਿਹੜੀਆਂ ਯੂਜ਼ ਹੁੰਦੀਆਂ ਸਨ ਪਲੈਨਿਟੀ ਉਹ ਕੁਆਂਟਿਟੀ ਨਹੀਂ ਗਿਣਨ ਹੁੰਦੀ ਹੈ ਅਤੇ 40-50 ਤੋਂ ਉੱਤੇ ਲੱਗੀਆਂ ਹੋਈਆਂ ਨੇ ਅਤੇ ਫਿਰ ਇੱਕ ਵਾਰੀ ਅਸੀਂ ਬਾਹਰ ਚੱਲਦੇ ਹਾਂ ਤੁਹਾਨੂੰ ਫਿਰ ਜਿਹੜੀ ਹੈ ਗੱਲ ਜਿਹੜੀ ਅੱਜ ਦਾ ਮੁੱਦਾ ਸੀ ਬਿਆਨ ਕਰਨ ਦਾ ਜਾਂ ਦਿਖਾਉਣ ਦਾ ਖਾਲਸਾ ਰਾਜ ਨੂੰ ਉਹ ਇਹੀ ਸੀਗਾ ਕਿ ਅਸੀਂ ਤੁਹਾਨੂੰ ਉਹ ਰਿਪੋਰਟਸ ਉਹ ਚੀਜ਼ਾਂ ਉਹ ਗੱਲਾਂ ਸਾਹਮਣੇ ਲੈ ਕੇ ਆਈਏ ਇਹ ਇਸ ਵੇਲੇ ਇਸ ਦਾਰ ਦੇ ਵਿੱਚੋਂ ਕਦੀ ਮਹਾਰਾਣੀ ਜਿੰਦ ਕੌਰ ਜਿਹੜੀ ਹੈ ਸਵਾਗਤ ਕਰਦੀ ਹੋਏਗੀ ਮਹਾਰਾਜਾ ਰਣਜੀਤ ਸਿੰਘ ਦੀ ਜਿਸ ਤਰ੍ਹਾਂ ਕਿ ਇਹ ਬਾਹਰ ਲੱਗੀ ਹੋਈ ਮੂਰਤੀ ਜਿਹੜੀ ਹੈ ਜਿੱਥੋਂ ਅਸੀਂ ਕਹਾਣੀ ਸ਼ੁਰੂ ਕੀਤੀ ਸੀਗੀ ਕਿ ਵੀ ਇਹ ਵੀ ਖਾਲਸਾ ਮਿਊਜ਼ੀਅਮ ਜਿਹੜਾ ਸਿੱਖ ਮਿਊਜ਼ੀਅਮ ਹੈ ਜਾਂ ਸਿੱਖ ਗੈਲਰੀ ਜਿਹਨੂੰ ਕਿਹਾ ਜਾਂਦਾ ਹੈ ਉਹ ਇੱਥੇ ਲਾਹੌਰ ਫੋਰਟ ਦੇ ਵਿੱਚ ਮੌਜੂਦ ਹੈ ਔਰ ਇਹਦਾ ਇੱਕ ਸੈਪਰੇਟ ਪੂਰਾ ਹਵੇਲੀ ਨੂੰ ਤੁਸੀਂ ਦੇਖੋ ਤਾਂ ਬਹੁਤ ਹੀ ਸ਼ਾਨਦਾਰ ਕਿਸਮ ਦੀ ਹਵੇਲੀ ਹੈ ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਹਵੇਲੀ ਮਹਾਰਾਣੀ ਜਿੰਦ ਕੌਰ ਜਿਹਦੇ ਵਿੱਚ ਇਸ ਵੇਲੇ ਲਾਹੌਰ ਮਿਊਜ਼ੀਅਮ ਦਾ ਬਣਿਆ ਹੋਇਆ ਸਿੱਖ ਮਿਊਜ਼ੀਅਮ ਜਾਂ ਸਿੱਖ ਗੈਲਰੀ ਹੈ ਔਰ ਇਹ ਸੋਹਣੀ ਹਵੇਲੀ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬੀਵੀ ਜਿਹੜੀ ਮਹਾਰਾਣੀ ਜਿੰਦ ਕੌਰ ਸੀ ਉਹਨਾਂ ਵਾਸਤੇ ਬਣਵਾਈ ਸੀ ਠੀਕ ਹੈ ਜੀ ਰੱਬ ਰਾਖਾ ਜੀ ਇਹ ਰਿਪੋਰਟ ਨੂੰ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ ਔਰ ਸੱਚਾਈ ਜਿਹੜੀ ਹੈ ਸਭ ਲੋਕਾਂ ਤੱਕ ਪਹੁੰਚਾਓ ਜ਼ਿਆਦਾ ਤੋਂ ਜ਼ਿਆਦਾ ਸੱਚ ਜਿਹੜਾ ਉਹ ਕਦੀ ਛੁਪਿਆ ਨਹੀਂ ਰਹਿ ਸਕਦਾ ਰੱਬ ਰਾਖਾ ਜੀ